यारों की यारी ऐसी बीमारी बड़ी नशीली ये जिम्मेदारी यारों की यारी ऐसी बीमारी बड़ी नशीली ये जिम्मेदारी गलती करे बिन बात के पीछे हटे ना इस राह पे उल्टी चले बिन ताल के टेढ़े ही रहते साथ में बैठे रहे सेलफोन को भूल जाते हैं हम यारों के संग जब बात हो बचपन में फिर लौट आते हैं हम तीखे पड़े जामिन करे रात भर जीते रहे बिंदास यूं बेफिकर शिकारी कोई मापे आदा यारो ऐशी पठा सी कोई बने व्यापारी कोई बंदा सरकारी कोई जॉबा करे चल दा दोपहर सोचे आ नहीं सी यार हो जाने गैर पहला कमरे भी को हुन वक होए शहर सोचे आ नहीं सी यार हो जाने गैर
ਸਾਰੀਆਂ ਫੋਟੋਆਂ ਮੋਬਾਈਲ ਨਾਲ ਖਿੱਚੀਆਂ ਲਾਗੇ ਜੀ ਬਹਾਨੇ ਸੀ ਪੜ੍ਹਾਈ ਵਾਲੇ ਮਾਪਿਆਂ ਨੂੰ ਸਾਰੀ ਰਾਤ ਪਾਰਟੀਆਂ ਕੀਤੀਆਂ ਅੱਖ ਨਮ ਹੋ ਜਾਂਦੀ ਆ ਜਦੋਂ ਕਦੇ ਵੇਖਦਾ ਮੈਂ ਫੋਟੋਆਂ ਮੋਬਾਈਲ ਨਾਲ ਖਿੱਚੀਆਂ ਲਾਗੇ ਜੀ ਬਹਾਨੇ ਸੀ ਪੜ੍ਹਾਈ ਵਾਲੇ ਮਾਪਿਆਂ ਨੂੰ ਸਾਰੀ ਰਾਤ ਪਾਰਟੀਆਂ ਕੀਤੀਆਂ ਕਦੇ ਪੀਓ ਵਿੱਚ ਗੇੜੀ ਕਦੇ ਮੋਰਨੀ ਦੇ ਵੱਲ ਕਦੇ ਵੇਲੀ ਜਾਂਦਾ ਚੱਲੀ ਨੀਲੋ ਨੈਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ ਪਹਿਲਾਂ ਕਮਰੇ ਵੀ ਇੱਕੋ ਹੁਣ ਵੱਖ ਹੋਏ ਸ਼ਹਿਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ ਅਸੀਂ ਆਉਂਦੀ ਮੈਨੂੰ ਯਾਦ ਕਰਕੇ ਸਹੇਲੀ ਜੀ ਨੂੰ ਯਾਰ ਮੇਰੇ ਭਾਬੀ ਭਾਬੀ ਕਹਿੰਦੇ ਸੀ ਪੈਗ ਲਾ ਕੇ ਕਹਿੰਦੇ ਸਹੇਲੀ ਪਿੱਛੇ ਯਾਰ ਭੁੱਲ ਜੀ ਨਾ ਸੰਟੀਆਂ ਅਨਮੋਲ ਕਰ ਲੈਂਦੇ ਸੀ ਅਸੀਂ ਆਉਂਦੀ ਮੈਨੂੰ ਯਾਦ ਕਰਕੇ ਸਹੇਲੀ ਜੀ ਨੂੰ ਯਾਰ ਮੇਰੇ ਭਾਬੀ ਭਾਬੀ ਕਹਿੰਦੇ ਸੀ ਪੈਗ ਲਾ ਕੇ ਕਹਿੰਦੇ ਸਹੇਲੀ ਪਿੱਛੇ ਯਾਰ ਭੁੱਲ ਜੀ ਨਾ ਸੰਟੀਆਂ ਅਨਮੋਲ ਕਰ ਲੈਂਦੇ ਸੀ ਮੈਨੂੰ ਪੰਪ ਸੀ ਸ਼ਿਕਾ ਤਾਂ ਟੱਲੀ ਹੋ ਕੇ ਫੋਨ ਲਾ ਤਾਂ ਚੰਗੀ ਭਲੀ ਨਾਲ ਪਾ ਲਿਆ ਮੈਂ ਵੈਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ ਪਹਿਲਾਂ ਕਮਰੇ ਵੀ ਇੱਕੋ ਹੁਣ ਵੱਖ ਹੋਏ ਸ਼ਹਿਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ ਸੀੜੀ ਚ ਪੁਰਾ ਕੇ ਗਾਣੇ ਉੱਚੀ ਜੀ ਵਜਾਉਂਦ ਜਾਣੇ ਗੇੜੀ ਰੋਟੀ ਉੱਤੇ ਪੂਰੇ ਖੱਪ ਸੀ ਫੈਬ ਦੇ ਮਹੀਨੇ ਵਿੱਚ ਪੇਪਰਾਂ ਦੀ ਟੈਨਸ਼ਨ ਉਂਜਰੇ ਦੀ ਨੱਡੀਆਂ ਹੱਤੇ ਅੱਖ ਸੀ ਸੀੜੀ ਚ ਪੁਰਾ ਕੇ ਗਾਣੇ ਉੱਚੀ ਜੀ ਵਜਾਉਂਦ ਜਾਣੇ ਗੇੜੀ ਰੋਟੀ ਉੱਤੇ ਪੂਰੇ ਖੱਪ ਸੀ ਫੈਬ ਦੇ ਮਹੀਨੇ ਵਿੱਚ ਪੇਪਰਾਂ ਦੀ ਟੈਨਸ਼ਨ ਉਂਜਰੇ ਦੀ ਨੱਡੀਆਂ ਹੱਤੇ ਅੱਖ ਸੀ ਕੋਈ ਪਰਚੀ ਬਣਾਉਂਦਾ ਕੋਈ ਮੋਬਾਈਲ ਸੀ ਫਸਾਉਂਦਾ ਕੋਈ ਪੜ ਪੜ ਢਾਈ ਜਾਂਦਾ ਕੈਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ ਪਹਿਲਾਂ ਕਮਰੇ ਵੀ ਇੱਕੋ ਹੁਣ ਵੱਖ ਹੋਏ ਸ਼ਹਿਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ